ਇਹ ਕੈਪਟਨ ਸਾਹਿਬ ਨੂੰ ਇਹੋ ਜਿਹੇ ਅੰਸਰਾਂ 'ਤੇ ਨੱਥ ਪਾਉਣੀ ਚਾਹੀਦੀ ਹੈ ਜਿਹੜੇ ਇੰਨਾ ਡਾਕੂ ਬਣ ਕੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਇਹ ਲੁੱਟ ਰਹੇ ਨੇ? ਕਿੰਨਾ ਕਬਜ਼ੇ ਕਰਾ ਕੇ ਕਿੰਨਾ ਕਹੋ ਕਰਨਗੇ? ਮਨਪ੍ਰੀਤ ਬਾਦਲ, ਮਨਪ੍ਰੀਤ ਦਾ ਸਾਲਾ ਜੋ ਇੱਕ ਮੰਤਰੀ ਦਾ ਸਾਲ ਹੈ, ਉਹ ਚਲੋ ਸਰਕਾਰ ਦੇ ਵਿੱਚ ਉਹਨਾਂ ਦਾ ਦਬਦਬਾ, ਇਹ ਥੋੜ੍ਹੀ ਆ ਵੀ ਕਿਸੇ ਨੂੰ ਦਵਲ ਦੇਣਗੇ ਵੀ ਯਾਰ ਜਾਓ ਇਹ ਕੋਠੀਆਂ ਛੱਡ ਜਾਓ ਅਸੀਂ ਕਬਜ਼ਾ ਕਰਾ ਦਈਏ ਕਿਸੇ ਨੂੰ। 40 ਸਾਲ ਦਾ ਬੰਦਿਆਂ ਦਾ ਕਬਜ਼ਾ ਹੈ, 40 ਸਾਲ ਤੋਂ ਰਹਿ ਰਹੇ ਨੇ, ਇੱਕ ਬੰਦਾ ਜਾ ਕੇ ਕਹਿੰਦਾ ਵੀ ਮੇਰਾ ਇਹਦੇ ਵਿੱਚ ਹਿੱਸਾ ਹੈ। ਬਠਿੰਡਾ ਪੁਲਿਸ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਅਜੀਤ ਰੋਡ ਬਠਿੰਡਾ ਦੀ ਪਾਣੀ ਵਾਲੀ ਟੈਂਕੀ ਤੇ ਪਤੀ ਪਤਨੀ ਚੜ ਗਏ, ਜਿਸ ਤੋਂ ਬਾਅਦ ਹੰਗਾਮਾ ਹੋਇਆ। ਪੁਲਿਸ ਨੇ ਬਹੁਤ ਮਿੰਨਤਾਂ ਕੀਤੀਆਂ ਉਹਨਾਂ ਦੋਨਾਂ ਪਤੀ ਪਤਨੀ ਨੂੰ ਨੀਚੇ ਉਤਾਰਨ ਦੀਆਂ, ਪਰ ਉਹ ਨਾ ਮੰਨੇ। ਅਜੀਤ ਰੋਡ ਤੇ ਬੁਟੀਕ ਦਾ ਕੰਮ ਕਰਦੇ ਹੋਏ 40 ਸਾਲਾਂ ਤੋਂ ਦੂਜੀ ਪਾਰਟੀ ਨੇ ਆ ਕੇ ਸਾਰਾ ਸਮਾਨ ਰਾਤ ਕੈਂਟਰ ਵਿੱਚ ਲੱਦ ਕੇ ਖੁਰਦ ਬੁਰਦ ਕਰ ਦਿੱਤਾ ਤੇ ਆਪ ਉੱਤੇ ਕਬਜ਼ਾ ਕਰਕੇ ਬੈਠ ਗਈ। ਉੱਥੋਂ ਦੇ ਵਸਨੀਕਾਂ ਨੇ ਸਰਕਾਰ ਅਤੇ ਮਨਪ੍ਰੀਤ ਬਾਦਲ ਦੇ ਸਾਲੇ ਜੋਜੋ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਨੇ ਕਬਜ਼ਾ ਕਰਵਾਇਆ ਹੈ 40 ਸਾਲਾਂ ਤੋਂ ਬੁਟੀਕ ਦਾ ਕੰਮ ਕਰਦੇ ਹੋਏ। ਪਰਿਵਾਰ ਨੇ ਪਾਣੀ ਵਾਲੀ ਟੈਂਕੀ ਦੇ ਚੜ੍ਹ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਰਜ਼ਾਕਾਰੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਟੋਲਾ ਕੀ 40 ਸਾਲ ਤੋਂ ਰਹਿਸ਼ ਹੈ, ਉਹ ਉੱਥੇ ਮਕਾਨ ਤੇ ਬੁਟੀਕ ਦਾ ਕੰਮ ਕਰਦੀ ਆ ਕੁੜੀ। ਕਿਹੜੀ ਜਗ੍ਹਾ ਤੇ ਹੈ ਜੀ ਇਹ? ਡਾਕਟਰ ਕਾਲੜਾ ਦੇ ਨਾਲ, ਅਜੀਤ ਰੋਡ ਤੇ। ਅਜੀਤ ਰੋਡ ਤੇ ਡਾਕਟਰ ਕਾਲੜਾ ਦੇ ਨਾਲ ਰਹਿਸ਼ ਬਣੀ ਹੈ, ਮੂਹਰੇ ਦੁਕਾਨਾਂ ਨੇ। ਦੁਕਾਨ ਬੁਟੀਕ ਦਾ ਕੰਮ ਕਰਦੀ ਸੀ ਇਹ ਗੁੜੀਆ ਜਿਹੜੀ ਉੱਪਰ ਟੈਂਕੀ 'ਤੇ ਹੈ। ਇਹਨਾਂ ਦਾ ਦੂਜਾ ਇੱਕ ਪਰਿਵਾਰ 'ਚੋਂ ਦੂਜਾ ਇੱਕ ਬੰਦਾ 40 ਸਾਲ ਬਾਅਦ ਆ ਜਾ ਕੇ ਉਹ ਕੋਈ ਬਿੱਲ ਲੈ ਕੇ ਝੂਠੀ, ਉਹ ਮਨਪ੍ਰੀਤ ਬਾਦਲ ਦੀ ਸਹਿ 'ਤੇ, ਉਹਦੇ ਜੋ ਹੈ ਮਨਪ੍ਰੀਤ ਸਾਲਾ ਦਾ ਸਾਲਾ ਉਹਦੀ ਸਹਿ 'ਤੇ ਉਹ ਬਿਲਬੁਲ ਜੀ ਤਿਆਰ ਕਰਾ ਕੇ ਉਹ ਅੱਜ ਉਹ ਕਹਿੰਦਾ ਮੇਰਾ ਇਹਦੇ ਉੱਤੇ ਕਬਜ਼ਾ ਹੈ, ਮੈਂ ਇਹਦੇ ਵਿੱਚ ਮੇਰਾ ਹਿੱਸਾ ਹੈ। ਉਹ ਰਾਤ ਨੂੰ ਆਏ 3:30 ਵਜੇ ਆ ਕੇ ਉਹਨਾਂ ਨੇ ਸਾਰਾ ਸਮਾਨ ਚੱਕ ਕੇ ਆਪਦੇ ਕੈਂਟਰ ਵਗੈਰਾ 'ਚ ਪਾ ਲਿਆ ਅਤੇ ਉਹ ਜਿਹੜਾ ਬੁਟੀਕ ਦਾ ਸਮਾਨ ਸੀ ਉਹ ਵੀ ਸਾਰਾ ਲੈ ਗਏ ਉਹ ਜਿੰਦੇ ਜਿਉਂਦੇ ਤੋੜ ਕੇ। ਸਵੇਰੇ ਜਦੋਂ ਇਹ ਗੁੜੀਆ ਗਈ ਉੱਥੇ, ਮਤਲਬ ਆਪਦੀ ਰੋਜ਼ ਰੂਟੀਨ ਮੁਤਾਬਕ ਵੀ ਮੈਂ ਦੁਕਾਨ ਖੋਲ੍ਹਾਂ, ਜੋ ਦੇਖ ਕੇ ਉਹ ਸਾਰਾ ਸਮਾਨ ਸੀ ਜੋ ਉਹਨਾਂ ਦਾ ਹੈ ਨਹੀਂ ਸੀ ਉੱਥੇ, ਜਿੰਦੇ ਟੁੱਟੇ ਹੋਏ ਸੀ, ਉਹ ਬੰਦੇ ਉਹਨਾਂ ਦੇ ਉੱਥੇ ਖੜ੍ਹੇ ਸੀ। ਆਪਸ ਵਿੱਚ ਹੱਥੋਂ ਪਾਈ ਹੋਈ ਇਹ ਗੁੜੀਆ ਡਿੱਗੀ, ਇਹਨੂੰ ਕੁੱਟਮਾਰ ਵੀ ਕੀਤੀ ਅਤੇ ਉਸ ਤੋਂ ਬਾਅਦ 181 'ਤੇ ਫੋਨ ਕਰਕੇ ਮੁਲਾਜ਼ਮ ਆਏ। ਮੁਲਾਜ਼ਮਾਂ ਨੇ ਉਹਨਾਂ ਨੂੰ ਦਵੱਲਣ ਦੀ ਬਜਾਏ ਇਹਨਾਂ ਨੂੰ ਗੋਲ ਮੋਲ ਗੱਲ ਕਰਕੇ ਆਸੇ ਪਾਸੇ ਕਰਤਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਮੀ ਵਿੱਚ ਉਹ ਬੈਠ ਗਏ। ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਰਕੇ? ਇੱਕ ਮਿੰਟ, ਇਹ ਆਹ ਮਲਾ ਕਹਿ ਰਹੇ ਸੀ ਨਾ SHO ਸਾਹਿਬ ਵੀ ਜੀ ਇਹ ਤਾਂ ਜੀ ਉਹਨਾਂ ਦਾ ਆਪਸੇ ਭਾਈਆਂ ਦਾ ਰੌਲਾ ਕਾਹਦਾ? 40 ਸਾਲ ਦਾ ਬੰਦਿਆਂ ਦਾ ਕਬਜ਼ਾ ਹੈ, 40 ਸਾਲ ਤੋਂ ਰਹਿ ਰਹੇ ਨੇ, ਇੱਕ ਬੰਦਾ ਜਾ ਕੇ ਕਹਿੰਦਾ ਵੀ ਮੈਂ ਮੇਰਾ ਇਹਦੇ ਵਿੱਚ ਹਿੱਸਾ ਹੈ। ਮਾਲਕੀਅਤ ਇਹਨਾਂ ਦੀ ਹੈ ਜੀ? ਇਹਨਾਂ ਦੀ ਮਾਲਕੀਅਤ ਹੈ, ਇਹਨਾਂ ਦੇ ਨਾਂ 'ਤੇ ਬਿੱਲ ਵਗੈਰਾ ਜੋ ਹੈ ਇਹ ਬਿਜਲੀ ਦਾ ਬਿੱਲ ਹੈ ਉਹ ਸਾਰਾ ਇਹਨਾਂ ਦੇ ਨਾਂ 'ਤੇ ਹੈ। 40 ਸਾਲ ਤੋਂ ਉੱਤੇ ਰਹਿਸ਼ ਹੈ ਇਹਨਾਂ ਦੀ, ਪਾਣੀ ਜਾਂ ਸਾਰੇ ਪ੍ਰੂਫ ਹੈਗੇ ਇਹਨਾਂ ਕੋਲ? ਸਾਰੇ ਹੈਗੇ, 4-5 ਕੁੜੀਆਂ ਇਹਨਾਂ ਦੇ, ਉਹ ਗੁੜੀਆ ਕੋਲੇ ਕੰਮ ਵੀ ਸਿੱਖਦੀਆਂ ਨੇ ਮਸ਼ੀਨ ਦਾ ਜੋ ਹੈ ਸਿਲਾਈ ਦਾ। ਕੋਈ ਅੱਜ ਇੱਕ ਬੰਦਾ ਉਹਦੀ ਸਹਿ 'ਤੇ, ਜੋ ਦੀ ਸਹਿ 'ਤੇ ਮਨਪ੍ਰੀਤ ਦੇ ਸਾਲੇ ਦੀ, ਅਤੇ ਅੱਜ ਆ ਕੇ ਉਹ ਫਿਰ ਸਾਰੇ ਉਹ ਤਾਂ ਸ਼ਹਿਰ 'ਤੇ ਕਬਜ਼ਾ ਕਰਾ ਦੂਗਾ। ਇਹ ਗੁੰਡਾ ਰਾਜ ਕਿੰਨਾ ਚਿਰ ਚੱਲੂਗਾ? ਇਹ ਗੁੰਡਾ ਰਾਜ ਬੰਦ ਹੋਣਾ ਚਾਹੀਦਾ ਹੈ। ਇਹ ਕੈਪਟਨ ਸਾਹਿਬ ਨੂੰ ਇਹੋ ਜਿਹੇ ਅੰਸਰਾਂ 'ਤੇ ਨੱਥ ਪਾਉਣੀ ਚਾਹੀਦੀ ਹੈ ਜਿਹੜੇ ਇੰਨਾ ਡਾਕੂ ਬਣ ਕੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਇਹ ਲੁੱਟ ਰਹੇ ਨੇ। ਕਿੰਨਾ ਕਬਜ਼ੇ ਕਰਾ ਕੇ ਕਿੰਨਾ ਕਹੋ ਕਰਨਗੇ? ਤੁਹਾਨੂੰ ਕੀ ਲੱਗਦਾ ਸਾਰਾ ਕੁਝ ਸਰਕਾਰੀ ਸ਼ਹਿਰ 'ਤੇ ਹੈ ਜੀ? ਬਿਲਕੁਲ, ਇਹ ਮਨ ਇੱਥੇ ਹੈਗਾ, ਇੱਕ SI ਹੈ ਉਹ, ਅਸੀਂ ਜਦੋਂ ਗਏ ਵੀ ਯਾਰ ਇਹ ਸਾਡੀ ਸਾਨੂੰ ਸਭ ਉਲਟਾ ਉਹ ਕਹਿੰਦਾ ਜੋ ਨੇ ਕਰਾਤਾ ਕੰਮ, ਕਹਿੰਦਾ ਜਾਓ ਲੈ ਦੱਸੋ। ਜੋ ਇੱਕ ਮੰਤਰੀ ਦਾ ਸਾਲ ਹੈ, ਉਹ ਚਲੋ ਸਰਕਾਰ ਦੇ ਵਿੱਚ ਉਹਨਾਂ ਦਾ ਦਬਦਬਾ, ਇਹ ਥੋੜ੍ਹੀ ਆ ਵੀ ਕਿਸੇ ਨੂੰ ਦਵਲ ਦੇਣਗੇ ਵੀ ਯਾਰ ਜਾਓ ਇਹ ਕੋਠੀਆਂ ਛੱਡ ਜਾਓ ਅਸੀਂ ਕਬਜ਼ਾ ਕਰਾ ਦਈਏ ਕਿਸੇ ਨੂੰ। ਉੱਥੇ ਤਫਤੀਸ਼ ਅਫਸਰ ਕਰਮਜੀਤ ਸਿੰਘ ਨੇ ਪ੍ਰਦਰਸ਼ਨਕਾਰੀ ਨੂੰ ਕਿਹਾ ਕਿ ਤੁਸੀਂ ਥਾਣੇ ਆ ਕੇ ਬਿਆਨ ਦਵੋ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਥੋਂ ਪਈ ਹੋਏ ਸੀ 2-3 ਦਿਨ ਹੋ ਗਏ। ਅੱਛਾ, ਉਹਦੀਆਂ ਅਸੀਂ ਰਪਟਾਂ ਲਿਖੀਆਂ ਬਿਆਨਾਂ ਦਾ ਅੰਦਰਾਜ਼ ਕਰਕੇ, ਹੁਣ ਇਹ ਦੁਕਾਨ ਦਾ ਇਹਨਾਂ ਦਾ ਮਾਮਲਾ, ਉਹ ਸਿੱਧੇ ਤੌਰ ਤੇ ਕਬਜ਼ਾ ਨਾ ਦਵਾਉਣਾ ਨਾ ਛਡਾਉਣਾ ਪੁਲਿਸ ਦਾ ਤਾਂ ਕੰਮ ਨਹੀਂ ਹੈ। ਲਾਅ ਐਂਡ ਆਰਡਰ ਨੂੰ ਮੇਨਟੇਨ, ਇਹ ਉਹੀ ਇੱਕ ਪਾਰਟੀ ਹੈ ਨਾ, ਇੱਕ ਭਰਾ ਹੈਗਾ। ਕੌਣ ਕੌਣ ਆ ਜੀ ਉੱਤੇ? ਹਾਂਜੀ, ਉਹ ਦੋਨੇ ਮੀਆਂ ਬੀਬੀ ਹੈ ਜੀ। ਕਿੱਥੇ ਹੈ ਇਹਨਾਂ ਦਾ ਰੌਲਾ ਦੁਕਾਨਾਂ ਦਾ? ਆ ਅਜੀਤ ਰੋਡ 'ਤੇ। ਇਹਨਾਂ ਨੇ ਕਿਹਾ ਵੀ ਕਬਜ਼ਾ ਕੀਤਾ ਗਿਆ ਹੈਗਾ ਜੋ ਦੀ ਸ਼ਹਿਰ 'ਤੇ ਜਾਂ ਮਨਪ੍ਰੀਤ ਦੀ ਸ਼ਹਿਰ 'ਤੇ, ਉਹਦੇ ਬਾਰੇ ਕੀ? ਨਹੀਂ ਦੇਖੋ, ਕੁੱਟਮਾਰ ਜ਼ਰੂਰ ਹੋਈ ਹੈ, ਹੁਣ ਦੋਨਾਂ ਭਰਾਵਾਂ ਦੇ ਮਾਮਲੇ 'ਚ ਅਸੀਂ ਕਿਵੇਂ ਕਹਾਂਗੇ ਵੀ ਕਿਹਨੇ ਕੀਤਾ ਕਿਹਨੇ ਨਹੀਂ? ਭਰਾ ਤਾਂ ਜੇ ਸਾਂਝਾ ਮਕਾਨ ਆ ਤਾਂ ਇੱਕ ਦੋਨੇ ਭਰਾ ਹੀ ਹੁੰਦੇ ਆ ਹੱਕਦਾਰ ਉੱਥੇ। ਜੇ ਕਬਜ਼ੇ ਵਾਲੀ ਕੋਈ ਗੱਲ ਕੀਤੀ ਹੈ ਤਾਂ ਉਹਦਾ ਪ੍ਰੂਫ ਦੇਣ, ਸਾਨੂੰ ਅਸੀਂ ਕਾਰਵਾਈ ਕਰ ਦਿੰਦੇ। ਸੋ ਦੱਸ ਦਈਏ ਕਿ ਇਸ ਪਤੀ ਪਤਨੀ ਦਾ ਕੋਈ ਦੁਕਾਨ ਨੂੰ ਲੈ ਕੇ ਵਿਵਾਦ ਚੱਲ ਰਿਹਾ, ਜਿਸ ਨੂੰ ਲੈ ਕੇ ਇਨਸਾਫ ਨਾ ਮਿਲਣ ਦੀ ਸੂਰਤ ਦੇ ਵਿੱਚ ਇਹਨਾਂ ਦੋਨਾਂ ਪਤੀ ਪਤਨੀ ਵੱਲੋਂ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ ਹੈ।
ਬਠਿੰਡਾ ਤੋਂ ਜੱਸੀ ਬਰਾੜ ਦੀ ਰਿਪੋਰਟ ਚੈਨਲ ਪੰਜਾਬ।